ਇੱਕ ਵਾਰ ਤਾਂ ਕੋਈ ਹਾਲ ਨਹੀਂ, ਰਾਤ ਹਨੇਰੀ ਆ ਗਈ ਸੀਗੀ, ਦੇਖ ਕਿੰਨੇ ਪੱਤੇ ਪੱਤੇ, ਠੰਡਾ ਠੰਡਾ ਮੌਸਮ ਹੋਇਆ, ਸਾਰੇ ਪੱਤੇ ਝੜ ਗਏ ਨੇ। ਆਪਾਂ ਨੇ ਨਵੇਂ ਬੂਟੇ ਲਾਏ ਹੈਗੇ, ਆਹ ਵਾਲੇ, ਇਹਦੇ 'ਤੇ ਅੱਜ ਫੁੱਲ ਲੱਗ ਗਏ, ਇਹਦੇ 'ਤੇ ਕੱਲ੍ਹ ਲੱਗੇ ਸੀਗੇ, ਉਦੋਂ ਮੈਂ ਵੀਡੀਓ ਨਹੀਂ ਬਣਾਈ, ਕੱਲ੍ਹ ਤਾਂ ਮੈਂ ਵੀਡੀਓ ਹੀ ਨਹੀਂ ਬਣਾਈਗੀ ਸਾਰਾ ਦਿਨ। ਅਤੇ ਬਾਕੀ ਸਾਰੇ ਠੀਕ ਕਰੇ ਹੈਗੇ। ਇੱਕ ਮੇਰਾ ਮਨੀ ਪਲਾਂਟ ਮੱਚ ਗਿਆ, ਆਹ ਵਾਲੇ ਸਹੀ ਪਏ, ਆਹ ਦਵਾਈ ਜੀ ਪਾਈ ਸੀਗੀ, ਰੇਹ ਪਾਈ ਹੈ ਦੇਸੀ ਰੇਹ, ਆਹ ਤਾਂ ਵਧੀਆ ਪਿਆ ਗਾ, ਆਹ ਵਾਲਾ ਮੱਚ ਗਿਆ ਪਤਾ ਨਹੀਂ ਕਿਉਂ, ਬਾਕੀ ਸਾਰਾ ਠੀਕ ਪਿਆ ਗਾ, ਆਹ ਵੀ ਚੱਲ ਪਿਆ, ਇਹ ਵੀ ਮੱਚ ਗਿਆ ਸੀ, ਆਹ ਪਾਣੀ ਵਾਲਾ ਸਹੀ ਪਿਆ ਗਾ, ਉਹ ਵੀ ਸਹੀ ਪਿਆ ਗਾ, ਆਹ ਵੀ ਸਾਰੇ ਠੀਕ ਪਏ ਹੈਗੇ। ਤੁਲਸੀ ਵੀ ਹਜੇ ਤਾਂ ਬਾਬਾ ਸਹੀ ਪਈ ਹੈਗੀ, ਪੱਤੇ ਜਿਹੇ ਝਾੜ ਗਈ ਸੀਗੀ, ਮਿਰਚਾਂ ਬਹੁਤ ਲੱਗੀਆਂ ਪਈਆਂ ਨੇ। ਸਾਰੇ ਲੱਗੀਆਂ ਪਈਆਂ ਭਰਿਆ ਪਿਆ ਬੂਟਾ। ਆਪਾਂ ਨੇ ਲਾਈਆਂ ਹੈਗੀਆਂ ਸਟੋਬਰੀ, ਅਤੇ ਇਹ ਵੀ ਐਂ ਚੱਲ ਪੈਣਗੀਆਂ, ਐਂ ਪਨੀਰੀ ਲਿਆਂਦੀ ਇਹਨਾਂ ਨੇ। ਹਰਸ਼ ਦੇ ਜਿਹੜੇ ਡੈਡੀ ਦੇ ਦੋਸਤ ਆ ਉਹਨਾਂ ਨੇ ਲਿਆ ਕੇ ਦਿੱਤੀ ਆ, ਆਹ ਲਾਈਆਂ ਇੱਥੇ ਚਾਰ ਪੰਜ, ਇਹ ਵਧੀਆ ਹੋ ਜਾਣਗੇ ਹੌਲੀ ਹੌਲੀ। ਅਤੇ ਆਪਣੀ ਬੈਂਗ ਨਹੀਂ ਲੱਗੀ ਪਈ ਹੈਗੀ, ਤੋੜਾਂਗੇ ਹੁਣ ਬਾਬਾ ਲਾ ਕੇ, ਸਾਹ ਲੱਗੇ, ਪੰਜ ਛੇ ਲੱਗੀਆਂ ਪਈਆਂ ਨੇ। ਆਹ ਵਾਲਾ ਮਨੀ ਪਲਾਂਟ ਵੀ ਸਹੀ ਚੱਲੀ ਜਾਂਦਾ, ਆਪਣੇ ਪਪੀਤੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਬਲੌਗ ਵਿੱਚ। ਨਵੀਂ ਨੂੰ ਮੈਂ ਤਿਆਰ ਕਰਤਾ ਅਤੇ ਮੈਂ ਹਜੇ ਨਹਾਉਣਾ ਗਾ, ਟਾਈਮ ਤਾਂ ਹਜੇ ਬਹੁਤ ਪਿਆ ਨਾ, 8:30 ਤਾਂ ਨਵੀਂ ਨੇ ਜਾਣਾ, ਅਤੇ ਨਵੀਂ ਆਪਦੇ ਨਹੁੰ ਕੱਟੀ ਜਾਂਦੀ ਸੀ, ਦਿਖਾਈ ਨਹੁੰ ਕੱਟਣੀ, ਦਿਖਾਈ ਤੇਰੀ ਕਿਹੋ ਜਿਹੀ, ਅੱਛਾ ਇੱਦੋਂ ਵੀ ਛੋਟੀ ਹੈ ਨਵੀਂ ਦੀ ਨਹੁੰ ਕੱਟਣ, ਨਵੀਂ ਨਹੁੰ ਕੱਟ ਕੇ ਹਟੀ ਹੈਗੀ, ਅਤੇ ਆਹ ਫੇਰ ਲੱਗ ਗਈ। ਚਲੋ ਜੀ, ਨਵੀਂ ਤਿਆਰ ਹੋ ਗਈ, ਨਵੀਂ ਜਾਊਗੀ ਸਕੂਲ, ਰੋਟੀ ਇਹਦੀ ਬਣੀ ਜਾਂਦੀ ਹੈਗੀ। ਗੇੜਾ ਕਢਾਉਣ ਜਾਂਦਾ ਉਹਨੂੰ, ਨਵੀਂ ਨੂੰ ਸਕੂਲ ਛੱਡ ਕੇ ਆਇਆ, ਕਹਿੰਦੀ ਹੁਣ ਮੈਨੂੰ ਲੈ ਕੇ ਜਾ। ਲਓ ਜੀ, ਮੈਂ ਹੁਣੇ ਆਂਗਣਵਾੜੀ 'ਚ ਆਈ ਹਾਂ, ਅਤੇ ਹਰਸ਼ ਗਿਆ ਥੋੜ੍ਹਾ ਜਿਹਾ ਕੰਮ, ਮੈਨੂੰ ਤਾਰ ਗਿਆ ਉਹ, ਅਤੇ ਟਾਈਮ 1 ਗਿਆ, ਅਤੇ 2:30 ਨਵੀਂ ਨੂੰ ਲੈ ਕੇ ਆਊਗਾ ਹਰਸ਼, ਅਤੇ ਹੁਣ ਆਪਾਂ ਪਹਿਲਾਂ ਪੀਵਾਂਗੇ ਚਾਹ। ਲਓ ਜੀ, ਨਵੀਂ ਦੇ ਦੇ, ਨਵੀਂ ਸਕੂਲੋਂ ਆ ਗਈ 2:30। ਹਰਸ਼ ਹੈਲੋ ਨੀ ਕੀਤੀ ਤੂੰ, ਕਿੰਨੇ ਦਿਨ ਹੋ ਗਏ, ਆ ਵੀ ਬਹਿ ਗਈ ਖਾਣ ਨੂੰ, ਹੋਰ ਵੀ ਚੀਜ਼ ਲਿਆਂਦੀ ਇੱਕ ਦੋ, ਪਤਾ ਤੈਨੂੰ, ਚੱਲ ਵਰਦੀ ਬਦਲ ਲਾ ਪਹਿਲਾਂ। ਗ੍ਰੇਚੀ ਤੂੰ ਨੀ ਚੀਜ਼ੀਆਂ ਲੈਣੀਆਂ, ਬਹਿ ਜਾਓ ਬਹਿ ਜਾਓ, ਗ੍ਰੇਸੀ ਸਿਆਣੀ ਆ ਤੁਹਾਡੇ ਨਾਲ ਤਾਂ ਦੋਨਾਂ ਨਾਲੋਂ, ਉਹਦੀ ਬਹਿ ਗਈ ਇੱਧਰ, ਨਵੀਂ ਚੀਜ਼ ਖਾਈ ਜਾਂਦੀ ਹੈਗੀ,
ਇਹੋ ਬੈਠੀ ਹੈ ਮੂਹਰੇ। ਲਓ ਜੀ ਆਪਾਂ ਬਣਾਵਾਂਗੇ ਸੇਵੀਆਂ। ਅਤੇ ਸੇਵੀਆਂ ਆਪਾਂ ਥੋੜ੍ਹਾ ਜਿਹਾ ਕਰਵਾ ਲਵਾਂਗੇ ਸੇਕ, ਬਰਾਊਨ ਜੀਆਂ ਕਰ ਲੂੰਗੀ ਹਲਕੀ ਹੋਈਆਂ ਮੈਂ। ਫਿਰ ਆਪਾਂ ਧਰਾਂਗੇ ਕਾਲੇ ਸੇਵੀਆਂ ਬਣਾਵਾਂਗੇ ਚੁੱਲ੍ਹੇ 'ਤੇ ਧਰ ਕੇ ਆਉਂਗੇ। ਲਓ ਜੀ ਸੇਵੀਆਂ ਦਾ ਕਲਰ ਆਪਣਾ ਬਰਾਊਨ ਹੋ ਗਿਆ। ਇਹਦੇ ਵਿੱਚ ਮੈਂ ਨਾ ਫਲੈਸ਼ ਲਾਈਟ ਲਗਾਈ ਹੈ ਤਾਂ ਕਰਕੇ ਪਤਾ ਨਹੀਂ ਲੱਗਦਾ ਹੈਗਾ ਕਿ ਕਿੰਨੀ ਰਹੀ ਹੈ ਕਹਿੰਦਾ ਠੀਕ ਹੈ। ਬਸ ਜ਼ਿਆਦਾ ਨਹੀਂ ਮੈਂ ਭੁੱਲਦੀ ਇਹਨਾਂ ਨੂੰ। ਸੇਵੀਆਂ ਨੂੰ ਆਪਾਂ ਦੁੱਧ 'ਚ ਪਾ ਦਿਆਂਗੇ ਧਾਮੇ 'ਚ। ਇੱਕ ਚਮਚਾ ਮੈਂ ਇਹਦੇ 'ਚ ਪਾ ਦੂੰਗੀ ਘਿਓ ਦਾ ਜੀ ਅਸੀਂ, ਅਤੇ ਲੋੜ ਮੁਤਾਬਕ ਪਾ ਦਾਂਗੇ ਆਪਾਂ ਮਿੱਠਾ। ਲਓ ਜੀ ਇੱਕ ਚਮਚਾ ਆਪਾਂ ਨੇ ਘਿਓ ਦਾ ਪਾ ਤਾ ਅਤੇ ਮਿੱਠਾ ਪਾ ਤਾ। ਹੁਣ ਇਹ ਆਪਣੀ ਸੇਵੀਆਂ ਨਾ ਜੁੜਦੀਆਂ ਹੋਈਆਂ, ਨਹੀਂ ਤਾਂ ਜੁੜ ਜੇ ਜਾਂਦੀਆਂ। ਲਓ ਜੀ ਆਪਾਂ ਆਏ ਹਾਂ ਕੋਠੇ 'ਤੇ ਛੋਲੇ ਦਾਲ ਧਰਨ ਵਾਸਤੇ, ਅਤੇ ਕਿਉਂਕਿ ਨਾਲੇ ਜਲਦੀ ਬਣ ਜੂਗੀ ਨਾਲੇ ਸਵਾਦ ਲੱਗ ਜੂਗੀ। ਅਤੇ ਥੱਲੇ ਮੈਂ ਸੇਵੀਆਂ ਧਰੇ ਬਣ ਜਾਣਗੀਆਂ ਉਦੋਂ। ਅਤੇ ਚਲੋ ਜੀ ਆਪਾਂ ਛੋਲੇ ਦਾਲ ਧਰਦੇ ਹਾਂਗੇ ਅਤੇ ਅੱਗ ਆਪਾਂ ਨੇ ਮਚਾ ਲਈ। ਲਓ ਜੀ ਛੋਲੇ ਉੱਪਰ ਨੇ ਧਰਤੇ, ਮੈਂ ਇੱਧਰ ਭਿਉਂ ਕੇ ਰੱਖੇ ਸੀ ਦਿਨੇ ਮੈਂ, ਅਤੇ ਚਲੋ ਜੀ ਹੋਰ ਤੱਕ ਵੇਲ ਹੀ ਗਿਆ। ਚਲੋ ਇੱਥੇ ਚੁੱਲ੍ਹੇ 'ਤੇ ਜਲਦੀ ਬਣ ਜੂ, ਗੈਸ ਨਾਲੋਂ ਛੇਤੀ ਇੱਥੇ ਬਣ ਜੂ ਚੁੱਲ੍ਹੇ 'ਤੇ। ਅਤੇ ਪਾਥੀਆਂ ਆਪਣੇ ਹੈ ਨਹੀਂ ਗੀਆਂ, ਲੱਕੜਾਂ ਪਈਆਂ ਸੀ, ਫਿਰ ਮੈਂ ਲੱਕੜਾਂ ਨਾਲ ਮਚਾ ਲਈ ਅਤੇ ਜਦੋਂ ਛੋਲਿਆਂ ਨੂੰ ਉਬਾਲਾ ਆ ਗਿਆ ਅਤੇ ਉਸ ਤੋਂ ਬਾਅਦ ਆਪਾਂ ਲੂਣ ਮਿਰਚ ਅਤੇ ਕੱਟੇ ਹੋਏ ਗੰਢੇ ਗੁੰਢੇ ਸਾਰਾ ਕੁਛ, ਹਰੀਆਂ ਮਿਰਚਾਂ ਸਭ ਕੁਛ ਮੈਂ ਵਿੱਚ ਸੁੱਟ ਦੂੰਗੀ। ਅਤੇ ਬਸ ਬਿਨਾਂ ਤੜਕੇ ਤੋਂ ਬਣਾਉਣੀ ਇਹ ਦਾਲ, ਬਹੁਤ ਸਵਾਦ ਬਣਦੀ ਹੈ ਇਸ ਤਰੀਕੇ ਨਾਲ। ਲਓ ਜੀ ਆਪਣੇ ਫੁੱਲ ਰੋਜ਼ ਲੱਗ ਜਾਂਦੇ, ਦੋ ਦੋ ਲੱਗ ਜਾਂਦੇ, ਕਈ ਵਾਰੀ ਇੱਕ ਲੱਗਦਾ, ਕਈ ਵਾਰੀ ਦੋ। ਅਤੇ ਇੱਥੇ ਵੀ ਅਸੀਂ ਥੋੜ੍ਹੇ ਜਿਹੇ ਗਮਲੇ ਧਰਦੇ ਅਤੇ ਆਹ ਵੇਲ ਲਾਈ ਹੈਗੀ ਸਿਰੇ 'ਤੇ ਹੈ ਜਿਹੜੀ, ਇਹਦੇ 'ਚ ਪਾਣੀ ਪਾਉਂਦੇ ਹਨ। ਅਤੇ ਆਹ ਵਾਧੂ ਮਿੱਟੀ ਸੀਗੀ, ਇਹਦੇ ਵਿੱਚ ਘੱਟ ਦੇ ਇੱਥੇ ਪਾ ਤੀ ਇਹ। ਅੱਗ ਵੀ ਮੇਰੀ ਬੁੱਝ ਗਈ। ਲਓ ਜੀ ਮਸਾਂ ਅੱਗ ਮਚਾਈ ਹੈਗੀ ਮੈਂ ਤਾਂ, ਇੱਕ ਹਵਾ ਚੱਲੀ ਜਾਂਦੀ ਹੈਗੀ। ਅਤੇ ਚਲੋ ਛੇਤੀ ਛੇਤੀ ਬਣਾ ਲਈਏ ਫਿਰ। ਲਓ ਜੀ ਸੇਵੀਆਂ ਆਪਣੀਆਂ ਬਣ ਗਈਆਂ, ਉਬਲ ਗਈਆਂ ਸੀ ਬਾਬਾ, ਫਿਰ ਮੈਨੂੰ ਦੁਬਾਰਾ ਤਾਂ ਪਤਾ ਲੱਗ ਗਿਆ, ਮੈਂ ਦੁਬਾਰਾ ਤਾਂ ਬੰਦ ਕਰਤਾ। ਅਤੇ ਚਲੋ ਹੁਣ ਆਪਾਂ ਉੱਪਰ ਚੱਲਦੇ ਕੋਠੇ 'ਤੇ। ਲਓ ਜੀ ਮਿੰਟ 'ਚ ਹਨੇਰਾ ਹੋ ਗਿਆ ਅਤੇ ਪਾ ਦੇਂਗੇ ਇਹਦੇ 'ਚ ਲਸਣ ਅਤੇ ਆਪਣਾ ਕੱਟੇ ਹੋਏ ਪਿਆਜ਼। ਲਓ ਜੀ ਥੋੜ੍ਹਾ ਜਿਹਾ ਮੈਂ ਪਾ ਦੂੰਗੀ ਤੇਲ, ਤੇਲ ਮੈਂ ਪਾ ਤਾ। ਅਤੇ ਆਹ ਹੈਗਾ ਲੂਣ ਮਿਰਚ ਅਤੇ ਥੋੜ੍ਹਾ ਜਿਹਾ ਪਾਇਆ ਮੈਂ ਆਮਚੂਰ ਪਾਊਡਰ। ਅਤੇ ਧੂੰਆਂ ਪੈਂਦਾ ਮੇਰੇ। ਬਹੁਤ ਛੇਤੀ ਬਣ ਜੂਗੀ ਸਰ ਦਾਲ ਇਹ। ਚਲੋ ਆਪਾਂ ਇਹਨੂੰ ਢਾਕ ਦਾਂਗੇ ਅਤੇ ਹੁਣ ਮੈਂ ਜਦੋਂ ਦਾਲ ਬਣ ਗਈ ਉਦੋਂ ਫਿਰ ਮੈਂ ਤੁਹਾਨੂੰ ਦਿਖਾਉਣੀ ਵੀ ਕਿਹੋ ਜਿਹੀ ਬਣੀ। ਕੜਾ ਮੈਂ ਭਜਾ ਤੀ ਹਾਂ ਅਤੇ ਇਹਦੇ ਮੂਹਰੇ ਤਵਾ ਲਾਤਾ ਚੁੱਲ੍ਹੇ 'ਤੇ ਅਤੇ ਸਬਜ਼ੀ ਆਪਣੀ ਬਣ ਗਈ ਅਤੇ ਲੈ ਕੇ ਚੱਲਦੇ ਹਾਂ ਥੱਲੇ।
ਨੇਰਾ ਹੋ ਗਿਆ। ਮੈਂ ਜੀ ਸੇਵੀਆਂ ਆਪਣੀਆਂ ਬਣੀਆਂ ਖਾਣ 'ਤੇ ਬਹੁਤ ਸਵਾਦ ਸੀਗੀਆਂ, ਇਹ ਮੈਂ ਹੁਣ ਦੁਬਾਰੇ ਪੱਕ ਲਈ ਸੀ ਥੋੜ੍ਹੀਆਂ ਜੀ। ਅੱਜ ਤੁਸੀਂ ਵੀ ਖਾ ਲਓ। ਲਓ ਜੀ, ਇੱਥੇ ਕਹਿੰਦੇ ਸ਼ਾਮ ਦੀ ਰੋਟੀ ਬਣਾਈ ਜਾਂਦੀ ਸੀਗੀ ਅਤੇ ਮੈਂ ਉੱਧਰ ਆਪਦਾ ਹੋਰ ਕੰਮ ਲੱਗ ਗਈ ਸੀ ਕਾਰਨ ਸਬਜ਼ੀ ਦਾਲ ਲਿਆ ਕਿਤਾਂ ਤੋਂ। ਲਓ ਜੀ, ਸਬਜ਼ੀ ਆਪਣੀ ਬਣ ਗਈ ਦਾਲ ਸੱਚ, ਅਤੇ ਆਪਾਂ ਲੱਗੇ ਸੀ ਖਾਣ ਰੋਟੀ, ਅਤੇ ਨਵੀਂ ਵੀ ਨਾਲ ਹੀ ਖਾ ਲੂਗੀ। ਲਓ ਜੀ, ਗ੍ਰੇਸੀ ਨੂੰ ਵੀ ਰੋਟੀ ਖਵਾ ਤੀ ਆਪਾਂ ਨੇ, ਅਤੇ ਅਸੀਂ ਵੀ ਸਾਰਿਆਂ ਨੇ ਖਾ ਲਈ, ਅਤੇ ਹਰਸ਼ ਅਜੇ ਆਇਆ ਨਹੀਂ ਆ। ਸਬਜ਼ੀ ਆਪਣੀ ਦਾਲ, ਛੋਲਿਆਂ ਦੀ ਦਾਲ ਬਹੁਤ ਸਵਾਦ ਬਣੀ ਸੀਗੀ, ਸਬਜ਼ੀ ਕਹੀ ਨਹੀਂ। ਅਤੇ ਚੁੱਲ੍ਹੇ 'ਤੇ ਥੋੜ੍ਹਾ ਜਿਹਾ ਨਾ ਫਰਕ ਪੈ ਜਾਂਦਾ ਗਾ ਚੀਜ਼ ਦਾ, ਅਤੇ ਬਹੁਤ ਜ਼ਿਆਦਾ ਵਧੀਆ ਸੀਗੀ। ਅਤੇ ਗ੍ਰੇਸੀ ਨੇ ਵੀ ਅੱਜ ਰੋਟੀ ਖਾ ਲਈ, ਇਹਨੇ 2.5 ਰੋਟੀਆਂ ਖਾਧੀਆਂ ਨੇ, ਅਤੇ ਥੋੜ੍ਹੇ ਜਿਹੇ ਇਹਨੇ ਦੁੱਧ ਪੀ ਲਏ। ਦੇਖ ਕਿਵੇਂ ਭੱਜ ਕੇ ਕਦੇ ਉੱਤੇ ਜਾਂਦੀ, ਕਦੇ ਥੱਲੇ ਆ ਜਾਂਦੀ ਹੈਗੀ। ਅਤੇ ਹਰਸ਼ ਅਜੇ ਆਇਆ ਨਹੀਂ ਗਾ, ਅਤੇ ਉਹ ਆਉਣ ਵਾਲਾ ਗਾ, ਹਜੇ ਥੋੜ੍ਹਾ ਰੁਕ ਕੇ ਆਊਗਾ। ਅਤੇ ਚਲੋ ਜੀ, ਫਿਰ ਵੀਡੀਓ ਦੀ ਕਰਾਂਗੇ ਆਪਾਂ ਸਮਾਪਤੀ, ਮਿਲਦੇ ਹਾਂ ਇੱਕ ਨਵੀਂ ਹੋਰ ਵੀਡੀਓ ਦੇ ਨਾਲ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।